हल्का गिद्दड़बाहा से कांग्रेस पार्टी के विधायक अमरेंद्र सिंह राजावडिक के किसी समय अति करीबी रहे समाज सेवी पवन बांसल ने कांग्रेस को अलविदा कहते हुए आम आदमी पार्टी का दामन थाम लिया। इस अवसर पर आप पार्टी के हल्का इंचार्ज इकबाल सिंह खिड़कियावाला व गिद्दड़बाहा शहरी प्रधान लाभ सिंह की ओर से उनका स्वागत करते हुए उनको सम्मानित किया। पार्टी के हल्का इंचार्ज इकबाल सिंह खिड़कियावाला ने समाज सेवी पवन बांसल को पार्टी अंदर पूरा मान सम्मान दिलाने का भरोसा दिलाया। वहीं दूसरी ओर कांग्रेस छोड़ आम आदमी पार्टी में आए समाज सेवी पवन बांसल ने बताया कि उनका कार्य समाज सेवा करना है, जबकि अब कांग्रेस पार्टी की ओर से मात्र उनके गरीब होने की वजह से उनको नज़रअंदाज किया जाने लगा था, जिसकी वजह से उनकी ओर से पार्टी छोड़ने का फैसला लिया। वहीं आगामी नगर कौंसिल चुनावों संबंधी पार्टी के हल्का इंचार्ज इकबाल सिंह खिड़कियावाला ने बताया कि गिद्दड़बाहा के सभी 19 वार्डों पर आम आदमी पार्टी अपने उम्मीदवार खड़े करेगी। उन्होंने बताया कि उनकी ओर से जारी चुनावी मुहिम दौरान शहरवासी पार्टी को खासा पनसद कर रहे हैं। इकबाल सिंह जी, की कहना चाहते हैं अब पवन बांसल जी जो कांग्रेस पार्टी को अलविदा कह के आम आदमी पार्टी जो शामिल हुए हैं? मैं इन्हों आम आदमी पार्टी वालों पूरा विश्वास दवाना भी जोड़ा इन्ह का मान सत्कार है, जिस तरह साढ़े पहला सारे ही वर्करों का मान सत्कार जो उन्होंने बराबर मान सत्कार इन्होंने दिता गया। नगर कौंसल चो उन्हों की तैयारी है जी आम आदमी पार्टी वालों? आम आदमी पार्टी वालों जिहड़े बहुते सारे जिहड़े कैंडीडेट है साढ़े सहयोगियों के नाल जिहड़े आम वलंटियर उन्होंने ब्लाक प्रधान नाल असी सारे रल के तकरीबन 15 दे भी असी सारे कर चुके हैं क्लीयर, तो असी तुहानू जिहड़े नां देने है एक अद्धा दिन ठहर के देवांगे। इस करके जिहड़े 2-4 साढ़े कोल कैंडीडेट घट ने जां साढ़े कोल हैगे ने उह भी तैयार ने, पर उन्हां दा जिहड़ा असी जल्दी सारा पूर्ति कर लवांगे। 19 वार्डां दे इलैक्शन आम आदमी पार्टी लड़ूगी और सारे साढ़े कैंडीडेट ਤੁਹਾਨੂੰ ਕੀ ਲੱਗਦਾ ਜਿਹੜੀਆਂ ਰਵਾਇਤੀ ਪਾਰਟੀਆਂ ਆਮ ਤੌਰ 'ਤੇ ਦੇਖਿਆ ਗਿਆ ਜਿਹੜਾ ਕਾਂਗਰਸ ਅਤੇ ਅਕਾਲੀ ਦਲ ਇਹੀ ਜਿਹੜੀਆਂ ਮੂਹਰੇ ਹੁੰਦੀਆਂ ਅਤੇ ਆਮ ਆਦਮੀ ਪਾਰਟੀ ਦਾ ਕਿਸ ਤਰ੍ਹਾਂ ਦਾ ਰਹੇਗਾ? ਆਮ ਆਦਮੀ ਪਾਰਟੀ ਨੂੰ ਲੋਕ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ। ਅਸੀਂ ਘਰ ਘਰ ਜਾਂਦੇ ਹਾਂ, ਗਲੀ ਗਲੀ ਜਾਂਦੇ ਹਾਂ, ਮੁਹੱਲੇ ਜਾਂਦੇ ਹਾਂ। ਜਿਹੜੀਆਂ 70 ਸਾਲ ਤੋਂ ਪਾਰਟੀਆਂ ਲੋਕਾਂ ਦੇ ਨਾਲ ਧੋਖਾ ਕਰਦੀਆਂ ਆ ਰਹੀਆਂ ਉਹਨਾਂ ਤੋਂ ਲੋਕ ਬਿਲਕੁਲ ਵਰਕਰ ਹੋ ਚੁੱਕੇ ਨੇ। ਆਮ ਆਦਮੀ ਪਾਰਟੀ ਦਾ ਬਹੁਤ ਤਕੜੇ ਧੜੱਲੇ ਨਾਲ ਬਹੁਤ ਤਕੜੇ ਜ਼ੋਰ ਸ਼ੋਰ ਨਾਲ ਸਵਾਗਤ ਕਰਦੇ ਹਾਂ। ਸ਼ਾਮਿਲ ਹੋਏ ਹੋ, ਦੇਖੋ ਗੱਲ ਇਹ ਹੈ ਵੀ ਮੈਂ ਜ਼ਿੰਦਗੀ ਦੇ ਵਿੱਚ 3 ਚੀਜ਼ਾਂ ਨੂੰ ਗਾ ਕੀਤਾ। ਗੁਰੂ ਗੋਬਿੰਦ ਸਿੰਘ ਜਿਹਨਾਂ ਨੇ ਸਾਨੂੰ ਆਜ਼ਾਦੀ ਦਵਾਈ ਮੁਗਲਿਆਂ ਤੋਂ, ਭਗਤ ਸਿੰਘ ਜਿਹਨੇ ਆਜ਼ਾਦੀ ਦਵਾਈ ਸਾਨੂੰ ਅੰਗਰੇਜ਼ਾਂ ਤੋਂ, ਇੱਕ ਬੰਦਾ ਹੋਰ ਸੀ ਜਿਹਨੂੰ ਮੈਂ ਪਿਆਰ ਕੀਤਾ ਜਿਹਨੇ ਸਾਨੂੰ ਆਜ਼ਾਦੀ ਦਵਾਈ ਕੁਛ ਇੱਥੇ ਗਲਤ ਛੜਾ ਦਿਓ ਪਰ ਮੈਂ ਹੁਣ ਨਾਰੀ ਦਿੰਦਾ। ਉਹਨਾਂ ਨੇ ਮੇਰੇ ਭਗਵਾਨ ਨੇ ਮੇਰੇ ਨਾਲ ਧੋਖਾ ਕੀਤਾ, ਮੇਰਾ ਮਨ ਨੂੰ ਠੇਸ ਪਹੁੰਚੀ ਅਤੇ ਮੈਂ ਇਹ ਪਾਰਟੀ ਜੁਆਇਨ ਕੀਤੀ ਹੈ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਵੀ ਮੈਂ ਲੋਕਾਂ ਦੀ ਪਹਿਲਾਂ ਵੀ ਸੇਵਾ ਕਰਦਾ ਸੀ ਅਤੇ ਹੁਣ ਮੈਂ ਵਧੀਆ ਪਾਰਟੀ ਆ ਕੇ ਹੋਰ ਵੱਧ ਸੇਵਾ ਕਰੂੰਗਾ। ਮੈਂ ਲੋਕਾਂ ਦੀ ਡੈੱਡ ਬੋਡੀਆਂ ਲਾਵਾਸ ਲਾਸ਼ਾਂ ਚੱਕੀਆਂ ਜ਼ਿੰਦਗੀ ਦੇ ਵਿੱਚ, ਐਕਸੀਡੈਂਟ ਕੇਸ ਚੱਕੇ ਆ, ਸਰਕਾਰੀ ਹੋਸਪਿਟਲ ਲੰਗਰ ਚਲਾਇਆ, ਡੇਰਾ ਬਾਬਾ ਗੰਗਾ ਰਾਮ ਦਾ ਉਹ ਵੀ ਅਸੀਂ ਗੁੰਡਿਆਂ ਤੋਂ ਜ਼ਿਆਦਾ ਕਰਾਇਆ ਸੀਗਾ, ਹੋਰ ਬਥੇਰਾ ਨੇਕਾ ਕੰਮ ਕੀਤਾ, ਲੋਕਾਂ ਦੇ ਇਲਾਜ ਚਲਾਇਆ। ਹੁਣ ਮੈਂ ਵਧੀਆ ਪਾਰਟੀ ਜੁਆਇਨ ਕੀਤੀ ਆ, ਮੈਂ ਇਹਨਾਂ ਨਾਲ ਰਲ ਕੇ ਹੋਰ ਸੇਵਾ ਕਰੂੰਗਾ। ਜਿਹੜੀ ਪਹਿਲੀ ਪਾਰਟੀ ਦੇ ਵਿੱਚ ਸੀ ਤੁਹਾਨੂੰ ਕੀ ਲੱਗਦਾ ਉਸ ਪਾਰਟੀ ਦੇ ਵਿੱਚ ਤੁਹਾਨੂੰ ਜਿਹੜਾ ਮਨ ਦਾ ਦੇਖੋ ਜੀ, ਟਿਕਟ ਮੇਰੀ ਜਮ੍ਹਾਂ ਕਲੀਅਰ ਸੀ 4 ਵਾਰਡ ਦੇ ਵਿੱਚੋਂ, ਮਾਜ ਨਹੀਂ ਮੱਲਾ ਜਮ੍ਹਾਂ ਮੈਨੂੰ ਕਹਿ ਕੇ ਟਾਈਮ ਦੀ ਟਾਈਮ 'ਤੇ ਮੈਨੂੰ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਵੀ ਤੇਰੇ ਕੋਲ ਪੈਸੇ ਹੈ। ਮੈਂ ਇੱਕ ਗਰੀਬ ਬੰਦਾ ਜੀ, ਮੈਂ ਬਿਨਾਂ ਪੈਸਿਆਂ ਤੋਂ ਸੀ ਕਰੂੰਗਾ ਇੱਥੋਂ, ਮੈਨੂੰ ਪੂਰਨ ਵਿਸ਼ਵਾਸ ਹੈ। ਕੀ ਲੱਗਦਾ ਤੁਹਾਨੂੰ ਮਾਨ ਸਤਿਕਾਰ ਜਿਹੜਾ ਬਣਦਾ ਸੀ ਉਹ ਮਿਲਿਆ ਨਹੀਂ ਮਿਲਿਆ? ਨਹੀਂ, ਪਹਿਲਾਂ ਬਹੁਤ ਕੁਛ ਮਿਲਦਾ ਸੀ, ਪਰ ਹੁਣ ਧੋਖਾ ਹੋਇਆ ਜੀ, ਮੇਰਾ 100% ਮੈਂ ਕਹਿੰਦਾ ਜਮ੍ਹਾਂ ਧੋਖਾ ਹੋਇਆ ਜੀ, ਮੈਨੂੰ ਦੁੱਖ ਬਹੁਤ ਹੈ। ਚੱਲਦਾ ਕੀ ਕਰੀਏ ਹੁਣ, ਜ਼ੋਰ ਨਹੀਂ ਚੱਲਦਾ ਗਰੀਬ ਬੰਦੇ ਦਾ ਜੀ। ਵੀ ਜਿਹੜਾ ਧੋਖਾ ਹੋਇਆ ਤੁਹਾਡੇ ਨਾਲ, ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੈਗੇ, ਇਹ ਤੁਹਾਡੀ ਗਰੀਬੀ ਕਾਰਨ ਹੋਇਆ? ਹਾਂ ਭਾਈ, ਬਿਲਕੁਲ ਬਿਲਕੁਲ ਬਿਲਕੁਲ, ਪੈਸੇ ਕਰਕੇ। ਜੇਕਰ ਤੁਹਾਡੇ ਕੋਲ ਰੁਪਈਏ ਵਗੈਰਾ ਹੁੰਦੇ ਫਿਰ ਸ਼ਾਇਦ ਹੋ ਜਾਂਦੇ ਜੀ। गिद्दड़बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।